ਕਰੀਏ ਗਾਲ ਦੋਸਤੋ ਇਸ ਵੇਲੇ ਦੀ ਵੱਡੀ ਦੁੱਖਦਾਈ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਦਰਬਾਰ ਸਾਹਿਬ ਦੇ ਵਿੱਚੋਂ ਮਿਲੀ ਮਾਸੂਮ ਖੇਡ ਦੀ ਤੇ ਗੱਲਾਂ ਕਰਦੀਆਂ ਵੀਡੀਓਜ਼ ਵਾਇਰਲ ਦੀਪਜੋਤ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕਣੇ ਸੋ ਵੱਡੀ ਖਬਰ ਆ ਜੀ ਦੁੱਖਦਾਈ ਖਬਰ ਆ ਬੇਰਹਿਮੀ ਤੁਸੀਂ ਕਦੇ ਨਹੀਂ ਵੇਖੀ ਹੋਣੀ ਔਰਤ ਨੇ ਆਪਣਾ ਬੱਚਾ ਆਪ ਹੀ ਮਾਰ ਦਿੱਤਾ ਸੋ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਬੜੇ ਦੁੱਖ ਭਰੇ ਤਰੀਕੇ ਦੀ ਅੱਜ ਜਿਹੜੀ ਖਬਰ ਆ ਸੋਸ਼ਲ ਮੀਡੀਆ ਤੇ ਵਾਰਨ ਹੋ ਰਹੀ ਹੈ ਇੱਕ ਮਾਂ ਦੇ ਵੱਲੋਂ ਆਪਣੀ ਮਾਸੂਮ ਬੱਚੀ ਨੂੰ ਮਾਰ ਦਿੱਤਾ ਗਿਆ ਬਹੁਤ ਬੁਰੇ ਤਰੀਕੇ ਦੇ ਨਾਲ ਸਮਾਜ ਵੱਲੋਂ ਆਪਣੀ ਹੀ ਬੱਚੀ ਨੂੰ ਮਾਰ ਦਿੱਤਾ ਗਿਆ ਕਲ ਜੁਗੀ ਮਾਂ ਨੇ ਅੱਜ ਮਾਸੂਮ ਬੱਚੀ ਨੂੰ ਮਾਰ ਕੇ ਸ਼੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾ ਦੇ ਵਿੱਚ ਸੁੱਟ ਦਿੱਤਾ ਤੇ ਬਹੁਤ ਬੁਰੇ ਤਰੀਕੇ ਨਾਲ ਉਸ ਦਾ ਕਤਲ ਕੀਤਾ ਉਸ ਦਾ ਇੱਕ ਬੱਚਾ ਵੀ ਹੈ ਜੋ ਇਸ ਦੇ ਪਿੱਛੇ ਪਿੱਛੇ ਚੱਲ ਰਿਹਾ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਉਸ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਮਾਂ ਬਨੇ ਮੇਰੀ ਭੈਣ ਦਾ ਗਲਾ ਕੁੱਟ ਕੇ ਮਾਰ ਦਿੱਤਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕਤਲ ਕਰਕੇ ਸੁੱਟ ਦਿੱਤਾ 3 ਸਾਲਾ ਬੱਚੀ ਦੇ ਮਾਮਲੇ 'ਚ ਹੁਣ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਦੇ ਵਿੱਚ ਜੋ ਵੀ ਖੁਲਾਸਾ ਹੋਇਆ ਹੈ ਜੋ ਖੁਦ ਉਸਦੇ ਭਰਾ ਦੇ ਵੱਲੋਂ ਬੱਚੀ ਦੇ ਭਰਾ ਵੱਲੋਂ ਕੀਤਾ ਗਿਆ ਹੈ ਉਸ ਦੀ ਅੱਖਾਂ ਸਾਹਮਣੇ ਹੀ ਉਸ ਦੀ ਮਾਂ ਦੇ ਵੱਲੋਂ ਉਸ ਮਾਸੂਮ ਬੱਚੀ ਦਾ ਗਲਾ ਕੁੱਟ ਕੇ ਮਾਰ ਦਿੱਤਾ ਗਿਆ 10 ਦਿਨਾਂ ਚਾਹੁੰਦੇ ਆ ਕਿ ਉਸ ਨੂੰ ਗਲਾ ਕੁੱਟ ਕੇ ਮਾਰਿਆ ਗਿਆ ਬੱਚੀ ਨਹੀਂ ਜੋ ਬੱਚੇ ਨੇ ਜੋ ਜਾਣਕਾਰੀ ਦਿੱਤੀ ਉਹ ਪਤਾ ਲੱਗਦਾ ਹੈ ਕਿ ਉਸ ਨੂੰ ਬੱਚੀ ਦੀ ਜਾਨ ਗਲਾ ਕੁੱਟ ਕੇ ਕੀਤੀ ਗਈ ਉਸ ਦੀ ਮਾਤਾ ਵੱਲੋਂ ਤੁਸੀਂ ਦੇਖ ਸਕਦੇ ਹੋ ਉਸ ਦੀ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਮਿਲੀ ਵੀਡੀਓ ਜਿਸ ਦੇ ਵਿੱਚ ਬੱਚੀ ਨੂੰ ਮਾਂ ਦੇ ਵੱਲੋਂ ਗੋਦ ਦੇ ਵਿੱਚ ਸੁੱਤੀ ਹੋਈ ਨਜ਼ਰ ਆ ਰਹੀ ਹੋਵੇਗੀ ਇਸ ਦੇ ਨਾਲ ਉਸ ਦੇ ਪਿੱਛੇ ਇੱਕ ਬੱਚਾ ਤੁਰਦਾ ਨਜ਼ਰ ਆ ਰਿਹਾ ਜੇ ਬੱਚਾ ਉਸੇ ਮਾਂ ਦਾ ਪੁੱਤ ਹੈ ਤੇ ਛੁੱਟੀ ਪੈਨ ਫਿਲ ਹਾਲ ਉਸ ਦੀ ਮਾਂ ਦੀ ਹੀ ਉਸ ਦੀ ਮਾਂ ਦੇ ਵੱਲੋਂ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਸੋ ਦੋਸਤੋ ਇਹ ਤਸਵੀਰਾਂ ਤੁਹਾਡੇ ਸਾਹਮਣੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਹੀ ਬੱਚੇ ਦਾ ਬਿਆਨ ਵੀ ਸਾਹਮਣੇ ਆਉਂਦਾ ਜੀ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜੀ ਬੱਚੀ ਦਾ ਕਤਲ ਕੀਤਾ ਜਾਂਦਾ ਹੈ ਸੋ ਉਸਦੇ ਕੀ ਕਿਹਾ ਗਿਆ ਜੀ ਆਪਣੀ ਮਾਂ ਦੇ ਬਾਰੇ ਸੋ ਉਹ ਤੁਸੀਂ ਚੈਨਲ ਤੇ ਪਾਈ ਵੱਡੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ